ਬਠਿੰਡਾ ਵਿੱਚ ਥਰਮਲ ਪਲਾਂਟ ਦੇ ਕਰਮਚਾਰੀਆਂ ਵੱਲੋਂ 90 ਦਿਨਾਂ ਤੋਂ ਚੱਲ ਰਹੇ ਸੰਘਰਸ਼ ਨੂੰ ਰੈਗੂਲਰ ਕਰਵਾਉਣ ਲਈ ਲੜਦੇ ਰਹੇ ਮੁਲਾਜ਼ਮਾਂ ਦੀਆਂ ਸਰਕਾਰ ਵੱਲੋਂ ਸ਼ਰਤਾਂ ਅਨੁਸਾਰ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ। ਬਠਿੰਡਾ ਤੋਂ ਹਰਪ੍ਰੀਤ ਸਿੰਘ ਦੀ ਰਿਪੋਰਟ। ਕੱਲ੍ਹ ਪਟਿਆਲਾ ਵਿਖੇ ਐਗਰੀਮੈਂਟ ਮੈਨੇਜਮੈਂਟ ਅਤੇ ਯੂਨੀਅਨ ਦੇ ਅਧਿਕਾਰ ਜੋ ਪੰਜਾਬ ਅੰਦਰ ਹਾਂਜੀ ਸਰ, ਜਿਹੜਾ ਇਹ ਧਰਨਾ ਚੱਲ ਰਿਹਾ ਸਰ, ਕਿਸ ਤਰ੍ਹਾਂ ਗੱਲਬਾਤ ਨਿਕਲੀ, ਕਿਵੇਂ ਹੋਇਆ ਸਰ? ਜਿਹੜਾ ਇਹ ਧਰਨਾ ਚੱਲ ਰਿਹਾ ਸੀਗਾ, ਤੁਹਾਡਾ ਬੰਦ ਕਰਨ ਵਾਸਤੇ ਮੁਲਾਜ਼ਮ ਸੀਗੇ, ਜਿਹੜਾ ਬੇਰੁਜ਼ਗਾਰ ਹੋਏ ਸੀ, ਆਪਣੇ ਟਿਕਾਣਾ ਦੇ ਮੁਲਾਜ਼ਮ ਸੀ, ਟਿਕਾਣਾ ਦੇ ਮੁਲਾਜ਼ਮਾਂ ਦਾ ਸਰਕਾਰ ਦਾ ਸਿੱਧਾ ਕੋਈ ਤਾਕਾ ਨਹੀਂ ਹੁੰਦਾ, ਕੋਈ ਕੰਮ ਠੇਕੇ ਦਿੱਤਾ ਜਾਂਦਾ। ਫਿਰ ਵੀ ਸਰਕਾਰ ਨੇ ਇਹ ਕਿਹਾ ਸੀ ਵੀ ਇਹਨਾਂ ਕਿਸੇ ਬੇਘਾਟਾ ਕੀਤਾ, ਇਹਨਾਂ ਕੋਲੋਂ ਵੀ ਬੰਦੋਬਸਤ ਕੀਤਾ। ਆਖਿਰਕਾਰ ਹੁਣ ਸਰਕਾਰ ਨੇ ਇਹਨਾਂ ਅਲੱਗ ਅਲੱਗ ਜਿੱਥੇ ਸਾਡੇ ਖਾਲੀ ਜਗ੍ਹਾ ਉੱਥੇ ਲਾਵਾਂਗੇ, ਫਿਰ ਅਸੀਂ ਉੱਥੋਂ ਇਹਨਾਂ ਵਾਸਤੇ ਕਰ ਦਿੱਤਾ ਗਿਆ ਵੀ ਸਰਕਾਰੀ ਅਦਾਰਾ ਉਹਨਾਂ ਤੋਂ ਇਹਨੂੰ ਐਡਜਸਟ ਕਰਤਾ। ਸਰ ਇਹ ਕਿੰਨੇ ਕੁ ਮੁਲਾਜ਼ਮ 'ਤੇ ਕੋਈ ਸਮਾਂ ਸੀਮਾ ਤੈਅ ਕੀਤੀ ਹੈ? ਕਦ ਤੱਕ ਇਹਨਾਂ ਦਾ ਜਿਹੜਾ ਹੋਇਆ ਕੋਈ ਐਗਰੀਮੈਂਟ ਵਗੈਰਾ ਕਿਸ ਤਰ੍ਹਾਂ ਹੋਇਆ, ਕੀ ਕੁਛ ਹੈ? ਐਗਰੀਮੈਂਟ ਇਹ ਹੈਗਾ ਇਸ ਤਰ੍ਹਾਂ, ਜੋ ਪੈਸਟੋ ਥਰੂ ਰੈਗੂਲਰ ਚੱਲਾਂਗੇ, ਖਾਲੀ ਥਾਵਾਂ ਹੀ ਆਉਂਦੀਆਂ ਇੱਥੇ ਥਰਮਲ ਚੇਂਜ ਦੇ ਉਹ ਰੱਖਾਂ ਬੰਦਿਆਂ ਨੂੰ ਪੈਸਟੋ ਥਰੂ ਲਵਾਂਗੇ। ਪੈਸਟੋ ਨਾਲ ਜਿਹੜਾ ਸਰਕਾਰੀ ਅਦਾਰਾ ਪੈਸਕੋ, ਉਹਦਾ ਐਗਰੀਮੈਂਟ ਜਿਹੜਾ ਬੋਰਡ ਲੈਵਲ ਤੋਂ ਹੁੰਦਾ, ਐਗਰੀਮੈਂਟ ਦੇ ਵਾਸਤੇ ਇਹਨਾਂ ਦਾ ਅਸੀਂ ਲੱਗ ਰਿਹਾ ਜਿੱਥੇ ਖਾਲੀ ਜਗ੍ਹਾ ਹੈਗੀ ਹੈ ਉੱਥੇ ਨੂੰ ਐਡਜਸਟ ਕੀਤਾ ਜਾਊਗਾ। ਸਰ ਕੋਈ ਤੈਅ ਕੀਤਾ ਕਿੰਨੇ ਕਿਲੋਮੀਟਰ ਤੱਕ ਏਰੀਆ ਰਹਿ ਗਿਆ ਇਹਨਾਂ ਦਾ? ਕੋਸ਼ਿਸ਼ ਕੀਤਾ ਜਾਊਗਾ ਨੇੜੇ ਤੋਂ ਨੇੜੇ ਰੱਖਿਆ ਜਾਵੇ, ਉਦੋਂ 30-40 ਕਿਲੋਮੀਟਰ ਤੋਂ ਮੈਕਸ ਵੱਧ ਨਹੀਂ ਕੀਤਾ ਜਾਊਗਾ। ਜਿੰਨੇ ਬਠਿੰਡੇ ਦੇ ਨੇੜੇ ਆ, ਬਠਿੰਡੇ ਦੇ ਅਡਰੈਸ ਹੋਇਆ, ਬਠਿੰਡੇ ਕਰਾਂਗੇ, ਸਾਡਾ ਅਡਰੈਸ ਆ, ਜਿਹੜੇ ਜਿੱਥੇ ਪਹੁੰਚੂ ਨੇੜੇ ਪਹੁੰਚੂ ਵੀ ਖਾਲੀ ਪਹੁੰਚਣ ਵਿੱਚ ਲਾਵਾਂ। ਸਰ ਜੀ ਮੀਟਿੰਗ ਫਾਈਨਲ ਕਿੱਥੇ ਹੋਈ ਸੀ, ਕਿਹੜੇ ਕਿਹੜੇ ਅਧਿਕਾਰੀ ਸ਼ਾਮਲ ਸੀ ਅਤੇ ਕਿਵੇਂ ਰਹੀ ਮੀਟਿੰਗ ਗਈ ਕੱਲ੍ਹ ਤੁਹਾਡੀ? ਮੀਟਿੰਗ ਕੱਲ੍ਹ ਪਟਿਆਲੇ ਹੋਈ ਸੀ, ਪਟਿਆਲੇ ਸਾਹਿਬ ਫਾਈਨਲ ਹੋਇਆ ਗਿਆ, ਉਸ ਵਿੱਚ ਤੈਅ ਹੋਇਆ ਮੁਲਾਜ਼ਮ ਸਿਬੰਧੀਆਂ ਅਤੇ ਮੈਂ ਐਗਰੀਮੈਂਟ ਹੋ ਗਿਆ, ਉਹ ਜੀ ਸਾਡੇ ਡਾਇਰੈਕਟਰ ਪ੍ਰਬੰਧਕੀ ਅਤੇ ਥਰਮਲ ਇੰਚਾਰਜ ਡਾਇਰੈਕਟਰ ਜਨੀਸ਼ਨ, ਡਾਇਰੈਕਟਰ ਬਿੱਤ ਅਤੇ ਸਾਡੇ ਡਿਪਟੀ ਸੈਕਟਰੀ ਆਈ ਆਰ ਇੰਡਸਟਰੀ ਰਿਲੇਸ਼ਨ ਅਫਸਰ ਸਾਡੇ ਉਹ ਮੌਜੂਦ ਸੀ, ਅਤੇ ਬਾਕੀ ਜਿੱਥੇ ਬੰਦਿਆਂ ਦੇ ਲੀਡਰ ਸੀਗੇ, ਇਹ ਸਹਿਮਤ ਹੋਏ ਜਿੰਨਾ ਜਿੰਨਾ ਪੈਸੇ ਮਿਲਦੇ ਆ, ਉਹ ਬੜੇ ਠੇਕੇਦਾਰ ਮੁਲਾਜ਼ਮ ਆ, ਬਾਬਾ ਕੋਈ ਵੀ ਕਦੇ ਠੇਕੇਦਾਰ ਦਾ ਕੰਮ ਕਰਦੇ ਆ, ਠੇਕੇ ਨੂੰ ਠੇਕਾ ਦਿੰਦੇ ਆ, ਉਹਨਾਂ ਦੀ ਸਾਡੀ ਜ਼ਿੰਮੇਵਾਰੀ ਨਹੀਂ ਹੁੰਦੀ। ਫਿਰ ਵੀ ਸਰਕਾਰ ਨੇ ਸੋਚਿਆ ਵੀ ਇਹਨਾਂ ਮੁਲਾਜ਼ਮਾਂ ਦਾ ਬੰਦੋਬਸਤ ਕੀਤਾ ਜਾਵੇ, ਇਹਨਾਂ ਨੂੰ ਪੈਸੇ ਥਰੂ ਖਾਲੀ ਜਗ੍ਹਾ 'ਤੇ ਜਿਹੜੀ ਬੜੀ ਉੱਥੇ ਉੱਥੇ ਰੱਖਿਆ ਜਾਊਗਾ, ਜੋ ਪੇ ਇਹਨਾਂ ਨੂੰ ਮਿਲਦੀ ਸੀ ਠੇਕੇਦਾਰ ਦੀ, ਉਹ ਤੋਂ ਬਾਅਦ ਦਿੱਤੀ ਜਾਊਗੀ ਘਾਟੇ। ਠੀਕ ਹੈ।